ਅਕਸਰ ਇਹ ਸਵਾਲ ਕੀਤੇ ਜਾਂਦੇ ਹਨ ਕਿ ਸਰਕਾਰੀ ਸਕੂਲ ਚੰਗੇ ਨਹੀਂ ਹੁੰਦੇ, ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਚੰਗੀਆਂ ਨਹੀਂ ਹੁੰਦੀਆਂ। ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੀ ਘਾਟ ਹੁੰਦੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਵੀ ਪੂਰੀਆਂ ਨਹੀਂ ਹੁੰਦੀਆਂ। ਪਰ ਜਿਹੜਾ ਸਕੂਲ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਇਸ ਤੋਂ ਬਿਲਕੁਲ ਵੱਖਰਾ ਹੈ ਅਤੇ ਇਹ ਆਪਣੇ ਆਸ ਪਾਸ ਦੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ। ਜੀ ਹਾਂ, ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਸੋਵਾਲ, ਜੋ ਕਿ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬੂਸੋਵਾਲ ਵਿਖੇ ਸਥਿਤ ਹੈ। ਇਸ ਸਕੂਲ ਨੂੰ ਇਹ ਆਲੀਸ਼ਾਨ ਅਤੇ ਆਕਰਸ਼ਕ ਰੂਪ ਪ੍ਰਦਾਨ ਕਰਨ ਲਈ ਪ੍ਰਿੰਸੀਪਲ ਸ਼੍ਰੀ ਬਲਦੇਵ ਰਾਜ ਵਧਵਾ ਜੀ ਅਤੇ ਉਹਨਾਂ ਦੇ ਸਾਥੀ ਅਧਿਆਪਕਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ। ਇਸ ਸਕੂਲ ਦੇ ਮਿਹਨਤੀ ਅਤੇ ਹੋਣਹਾਰ ਅਧਿਆਪਕਾਂ ਵਿੱਚ ਸ਼ਾਮਲ ਹਨ ਸਰਦਾਰ ਰਘਵੀਰ ਸਿੰਘ ਜੀ, ਮੈਥ ਮਾਸਟਰ ਸ਼੍ਰੀਮਤੀ ਪਰਮਜੀਤ ਕੌਰ ਜੀ, ਹਿੰਦੀ ਮਿਸਟਰ ਸਰਦਾਰ ਸੁਖਵਿੰਦਰ ਸਿੰਘ, SS ਮਾਸਟਰ ਸ਼੍ਰੀਮਤੀ ਸਰਵਜੀਤ ਕੌਰ, ਪੰਜਾਬੀ ਮਿਸਟਰਸ ਰੁਪਿੰਦਰ ਕੌਰ, DPE ਰਾਜਵਿੰਦਰ ਕੌਰ, ਮੈਥ ਮਿਸਟਰਸ ਜਗਜੀਤ ਸਿੰਘ, SS ਮਾਸਟਰ ਦਲਵੀਰ ਸਿੰਘ, ਸਾਇੰਸ ਮਾਸਟਰ ਵਰੁਣ ਕੁਮਾਰ, ਸਾਇੰਸ ਮਾਸਟਰ ਸੁਖਵਿੰਦਰ ਸਿੰਘ, ਕੰਪਿਊਟਰ ਫੈਕਲਟੀ ਜਸਪਾਲ ਸਿੰਘ, ਕੰਪਿਊਟਰ ਫੈਕਲਟੀ ਰਮਨਦੀਪ ਸਿੰਘ, ਜੂਨੀਅਰ ਸਹਾਇਕ ਅਤੇ ਬਲਵੀਰ ਸਿੰਘ ਜੀ, SLA। ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਵਾਂਗ ਹੀ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਕਿਰਿਆਵਾਂ ਆਧਾਰਿਤ ਪਲੇਵੇ ਮੈਥਡ ਅਤੇ ਲਰਨਿੰਗ ਬਾਏ ਡੂਇੰਗ ਵਿਧੀਆਂ ਨਾਲ ਪੜ੍ਹਾਇਆ ਜਾਂਦਾ ਹੈ। ਵਿਦਿਆਰਥੀਆਂ ਲਈ ਈ ਕੰਟੈਂਟ ਅਤੇ ਸਮਾਰਟ ਕਲਾਸਰੂਮ ਸਥਾਪਿਤ ਕੀਤੇ ਗਏ ਹਨ। ਵਿਗਿਆਨਕ ਸੂਝਬੂਝ ਪੈਦਾ ਕਰਨ ਲਈ ਸਮੇਂ ਸਮੇਂ ਦੇ ਸਾਇੰਸ ਮੇਲੇ ਲਗਾਏ ਜਾਂਦੇ ਹਨ। ਵਿਸ਼ਿਆਂ ਨੂੰ ਰੌਚਕ ਅਤੇ ਹਰਮਨ ਪਿਆਰਾ ਬਣਾਉਣ ਲਈ ਗਣਿਤ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਮੇਲੇ ਵੀ ਲਗਾਏ ਜਾਂਦੇ ਹਨ। ਸਕੂਲ ਵਿੱਚ ਪੀਣ ਵਾਲੇ ਪਾਣੀ ਲਈ RO ਸਿਸਟਮ ਉਪਲਬਧ ਹੈ। ਸਕੂਲ ਵਿੱਚ ਵੱਖ ਵੱਖ ਖੇਡਾਂ ਦਾ ਉਚਿਤ ਪ੍ਰਬੰਧ ਹੈ। ਇਸ ਸਕੂਲ ਵਿੱਚ ਸਮਾਰਟ ਕੰਪਿਊਟਰ ਲੈਬ ਆਧੁਨਿਕ ਸਹੂਲਤਾਂ ਨਾਲ ਉਪਲਬਧ ਹੈ। ਇਸ ਸਕੂਲ ਵਿੱਚ ਸਾਇੰਸ ਲੈਬ, ਮੈਥ ਲੈਬ, SS ਕਾਰਨਰ, ਮੈਥ ਕਾਰਨਰ, ਮੈਥ ਪਾਰਕ ਅਤੇ ਵੱਖ ਵੱਖ ਵਿਸ਼ਿਆਂ ਦੇ ਪਾਰਕ ਸਥਾਪਿਤ ਕੀਤੇ ਗਏ ਹਨ। ਇਸ ਸਕੂਲ ਵਿੱਚ ਇੱਕ ਹਰਿਆ ਭਰਿਆ ਕਿਚਨ ਗਾਰਡਨ ਵੀ ਹੈ, ਜਿਸ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ ਦੀ ਵਰਤੋਂ ਮਿਡ ਡੇ ਮੀਲ ਵਿੱਚ ਕੀਤੀ ਜਾਂਦੀ ਹੈ। ਸਕੂਲ ਦੇ ਸਾਰੇ ਹੀ ਅਧਿਆਪਕ ਬੱਚਿਆਂ ਨੂੰ ਬਹੁਤ ਹੀ ਪਿਆਰ ਦੇ ਨਾਲ ਪੜ੍ਹਾਉਂਦੇ ਹਨ ਅਤੇ ਇਸ ਸਕੂਲ ਵਿੱਚ ਬੱਚੇ ਚਾਈ ਚਾਈ ਸਕੂਲ ਵਿੱਚ ਆਉਂਦੇ ਹਨ।